ਹਾਂਜੀ, ਕਿੱਦਾਂ ਸਾਰੇ ਵੀਰ ਭਰਾ? ਉਮੀਦ ਕਰਦਾ ਸਾਰੇ ਠੀਕ ਹੋਵੋਗੇ, ਚੜ੍ਹਦੀ ਕਲਾ 'ਚ ਹੋਵੋਗੇ ਉਸ ਪਰਮਾਤਮਾ ਮੇਰੇ ਬਾਜਾਂ ਵਾਲੇ ਪਾਤਸ਼ਾਹ ਦੀ ਕਿਰਪਾ ਦੇ ਨਾਲ। ਨਵੇਂ ਆਏ ਹਾਂ ਤਾਂ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ। ਬਾਕੀ ਕੱਲ੍ਹ ਔਲਖ 'ਚ ਸਿਰਾ ਹੋਇਆ, ਮੰਨਿਆ ਯਾਰ ਗਿਲੇ ਸ਼ਿਕਵੇ ਜ਼ਰੂਰ, ਹਰ ਇੱਕ ਟੂਰਨਾਮੈਂਟ 'ਤੇ ਹੁਣ ਤਾਂ ਰੌਲਾ ਪੈਂਦਾ ਹੀ ਪੈਂਦਾ, ਪਰ ਉਹ ਟੂਰਨਾਮੈਂਟ ਮੈਂ ਤਾਂ ਮੰਨਦਾ ਵੀ ਸਫਲ ਹੁੰਦਾ ਜਿੱਥੇ ਦਰਸ਼ਕ ਖੁਸ਼ ਹੋ ਕੇ ਜਾਣ। ਪਰ ਅੰਬੇ ਨੇ ਵੀ ਦਿਲ ਲੁੱਟਿਆ ਮੇਰੇ ਵੀਰੋ, ਅੱਜ ਰੁਕਿਆ ਹੀ ਨਹੀਂ ਪਤਾ ਅੰਦਰ, ਫਾਈਨਲ ਮੈਚ 'ਚ ਰੁਕਿਆ ਹੀ ਨਹੀਂ। ਤੁਸੀਂ ਸਾਹਮਣੇ ਦੇਖਿਆ ਔਲਖ 'ਚ ਕਮਾਲ ਹੀ ਕਰੀ ਆਇਆ ਅੰਬਾ ਸੌਰ ਸਿੰਘ ਵਾਲਾ। ਇਹਨੂੰ ਕਹਿਣ ਦਾ ਫਰਜ਼ ਬਣਦਾ ਵੀ ਜਿਹੜਾ ਛੇਤੀ ਨਹੀਂ ਨਾ ਰੁਕਦਾ ਰੇਡਰ, ਝੋਟਾ ਰੇਡਰ ਹੁੰਦਾ ਉਹ ਵੀ ਬਈ ਵੀ ਛੇਤੀ ਨਹੀਂ ਮੈਂ ਨਇਆ ਦਿੰਦਾ। ਅੰਬੇ ਨੇ ਕਮਾਲ ਕੀਤੀ ਆ, ਲੋਕਾਂ ਦੇ ਦਿਲ ਜਿੱਤੇ ਆ ਫਾਈਨਲ ਮੈਚ 'ਚ। ਉਹ ਪਤਾ ਨਹੀਂ ਕੀ ਚੱਕਰ ਪਿਆ, ਸ਼ਾਇਦ ਟਾਈਆਂ ਦਾ ਕੋਈ ਰੌਲਾ ਪਿਆ ਸੀਗਾ। ਜੱਗੇ ਜੰਡੀਆਂ 'ਤੇ ਦੋ ਟੀਮਾਂ ਕਮਾਣ ਅਤੇ ਮਾਝੀ ਦੀ ਟੀਮ ਦੇ ਖਿਡਾਰੀ ਲਾਈਵ ਵੀ ਹੋਏ ਸੀਗੇ, ਉਹ ਵੀਡੀਓ ਲਾਸਟ ਦੇ ਵਿੱਚ ਦਿਖਾਈ ਹੋਈ ਹੈ ਇਸ ਵੀਡੀਓ ਦੇ, ਉਹ ਵੀ ਦੇਖ ਲਿਓ। ਬਾਕੀ ਰਿਜ਼ਲਟ ਤੁਹਾਨੂੰ ਦੱਸ ਦਿੰਦਾ, ਪਹਿਲੇ ਨੰਬਰ 'ਤੇ ਦੀ ਟੀਮ ਅਤੇ ਦੂਜੇ ਨੰਬਰ 'ਤੇ ਜੰਗੀ ਆਣੀ ਦੀ ਟੀਮ ਸੀਗੀ, ਦੋ ਤਿੰਨ ਪੁਆਇੰਟਾਂ 'ਤੇ ਹੀ ਲਗਭਗ ਪਹਿਲੇ ਅਤੇ ਦੂਜੇ ਨੰਬਰ 'ਤੇ ਟੀਮਾਂ ਆਈਆਂ। ਸੈਮੀ 'ਚ ਜੋ ਚੀਜ਼ ਹੋਈ ਹੈ ਨਾ ਟੀਮਾਂ ਗੰਗਾ ਯਾਰ, ਉਹਦਾ ਦਿਲ ਬੜਾ ਦੁਖਿਆ, ਕਿਉਂਕਿ ਟੂਰਨਾਮੈਂਟ ਦਾ ਸਵਾਦ ਹੀ ਤਾਂ ਆਉਂਦਾ ਜਿੱਥੇ ਰੌਲਾ ਨਾ ਪਵੇ, ਜਿੱਥੇ ਮੈਚ ਸਾਰੇ ਹੋਣ ਯਾਰ ਚੜ੍ਹਦੀ ਕਲਾ 'ਚ ਹੋਣ। 75 ਪਹਿਲਾ ਅਤੇ ਦੂਜਾ ਇਨਾਮ ਸੀਗਾ ਮੇਰੇ ਵੀਰੋ ਬੈਸਟ ਰੇਡਰ ਅੰਬਾ ਸੌਰ ਸਿੰਘ, ਜਿੱਦਾਂ ਤੁਹਾਨੂੰ ਦੱਸਿਆ ਰਕੇਸ਼ ਬੋਪਰ ਵਾਲਾ ਸ਼ਾਇਦ ਹੀ ਮੋਟਰਸਾਈਕਲ ਦਾ ਜੇਤੂ ਬਣਿਆ, ਅਤੇ ਮੇਰੇ ਵੀਰੋ ਚਿਰਾਗ ਦੀਨ ਮਹੀਆਂ ਵਾਲਾ ਅਤੇ ਵਾਹਿਗੁਰੂ ਸੀਚੇ ਵਾਲ ਟਰੈਕਟਰ ਦਾ ਫੋੜ ਦਾ ਜੇਤੂ ਆ, ਅਤੇ ਮੇਰੇ ਵੀਰੋ ਚਿਰਾਗ ਕੈਂਠੇ ਦੇ ਜੇਤੂ ਬਣੇ ਆ। ਬਹੁਤ ਵਧੀਆ ਮੈਚ ਹੋਏ ਸੀਗੇ। ਬਾਕੀ ਜੋ ਰੌਲਾ ਪਿਆ ਨਾ ਸੈਮੀ ਫਾਈਨਲ ਦਾ, ਖਿਡਾਰੀਆਂ ਨੇ ਨਾ ਆਪਦਾ ਬੋਲ ਕੇ ਬੋਲਿਆ ਵੀ ਬਹੁਤ ਗਲਤ ਹੋਇਆ ਸਾਡੇ ਨਾਲ, ਟੂਰਨਾਮੈਂਟ ਨਾ ਕਰਾਇਆ ਕਰੋ, ਉਹ ਇੱਦਾਂ ਦੇ ਸ਼ਬਦ ਉਹਨਾਂ ਨੇ ਕਹੇ ਆ। ਉਹ ਵੀਡੀਓ ਮੈਂ ਹੁਣ ਤੁਹਾਨੂੰ ਚਲਾਊਂਗਾ ਲਾਸਟ ਦੇ ਵਿੱਚ, ਤਾਂ ਉਹ ਵੀ ਜ਼ਰੂਰ ਤੁਸੀਂ ਚੈੱਕ ਕਰ ਲਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਕਿਸੇ ਔਲਖੀ ਕਬੱਡੀ ਟੂਰਨਾਮੈਂਟ ਖੇਡਣ ਆਏ ਸੀ, ਇਹਨਾਂ ਚਲੋ ਟੂਰਨਾਮੈਂਟ ਤਾਂ ਵਧੀਆ ਰੱਖਿਆ, ਪਰ ਕਮੇਟੀ ਜਿਹੜੀ ਆ ਉਹ ਬਾਬੂ ਔਲਖ ਦੇ ਮਗਰ ਲੱਗ ਕੇ ਐਵੇਂ ਹੇਰਾਫੇਰੀ ਕਰੀ ਜਾਂਦੀ ਆ। ਪਹਿਲੇ ਰਾਊਂਡ ਦੀਆਂ ਉਹਨਾਂ ਕੋਈ ਟਾਈਆਂ ਨਹੀਂ ਪਾਈਆਂ, ਸਾਨੂੰ ਉਹਦੇ ਵਿੱਚ ਟੀਮਾਂ ਕੋਈ ਹਲਕੀਆਂ ਵਾ ਅਤੇ ਅਸੀਂ ਤਾਂ ਕਰਕੇ ਟਾਈਆਂ ਨਹੀਂ ਪਾਉਣੀਆਂ, ਚਲੋ ਅਸੀਂ ਵੀ ਮੰਨ ਗਏ। ਦੂਜੇ ਰਾਊਂਡ ਦੀਆਂ ਅਸੀਂ ਟਾਈਆਂ ਪਾਵਾਂਗੇ ਕਹਿੰਦੇ, ਅਤੇ ਦੂਜੇ ਰਾਊਂਡ 'ਤੇ ਆਪਾਂ ਟਾਈਆਂ ਪਾਉਣਗੇ ਕਹਿੰਦੇ ਨਹੀਂ, ਦੂਜੇ ਰਾਊਂਡ ਦੀਆਂ ਨਹੀਂ ਪਾਉਣੀਆਂ ਟਾਈਆਂ। ਜਦੋਂ ਆਪਾਂ ਚਲੋ ਮਾੜਾ ਮੋਟਾ ਉਹਨੇ ਜ਼ੋਰ ਪਾਇਆ, ਉਹਨੇ ਟਾਈਆਂ ਪਾਤੀਆਂ, ਟਾਈਆਂ ਪਾਲੀਆਂ, ਸਾਡਾ ਮੈਚ ਬਾਬੇ ਨਾਮਦੇਵ ਘੁਮਾਉਣ ਦਾ ਅਤੇ ਮਾਝੇ ਲਾਈਨ ਦਾ ਆ ਗਿਆ, ਅਤੇ ਉਹ ਫਿਰ ਕਹਿੰਦੇ ਉਹਨਾਂ ਬਾਬੂ ਔਲਖ ਨੇ ਫਿਰ ਆਖਿਆ ਵੀ ਨਹੀਂ ਟਾਈਆਂ ਪਾਉਣੀਆਂ, ਸਾਡਾ ਮੈਚ ਚੰਗਾ ਆ ਗਿਆ ਉਹ ਜੇ ਜਿੱਦਾਂ ਗੱਲ ਕੀਤੀ, ਅਤੇ ਸਾਡਾ ਫਿਰ ਉਹਨਾਂ ਨੇ ਅੰਦਰ ਨਹੀਂ ਟਾਈਆਂ ਪਾਉਣੀਆਂ ਜਿੱਦਾਂ ਪਹਿਲੋਂ ਮੈਚ ਆ ਉੱਦਾਂ ਕਰਾਉਣੇ, ਜਾਂ ਇੱਕ ਵਾਰੀ ਫਿਰ ਟਾਈਆਂ ਪਾਉਣਾ ਆਪਣੀਆਂ ਤਿੰਨ ਟੀਮਾਂ ਦੋਵੇਂ ਫਾਈਨਲ ਕਰਨੀਆਂ ਵੀ ਦੋ ਮੈਚ ਦੋਵੇਂ ਟੀਮਾਂ ਇਹਨਾਂ ਆਪ ਆਖੀਆਂ ਹੀ ਬਾਬੂ ਭਲਵਾਨਾਂ ਨਾਲ, ਅਤੇ ਇਹ ਜਾਣ ਕੇ ਹੇਰਾਫੇਰੀ ਕਰਦੇ ਜਿੰਨਾ ਚਿਰ ਸਾਡਾ ਮੈਚ ਅਸੀਂ ਹਾਰਾਂਗੇ ਨਾ ਆਉਂਦੇ ਉਹਨਾਂ ਚਿਰ ਤੁਹਾਡੀਆਂ ਟਾਈਆਂ ਭਰੀ ਜਾਣੀਆਂ। ਇਹ ਮਾੜੀ ਗੱਲ ਵਾ, ਇਹਨੇ ਚੰਗਾ ਟੂਰਨਾਮੈਂਟ ਨਾ ਕਰਾਇਆ ਕਰਨ, ਜੇ ਟੀਮਾਂ ਬਣਾਉਣੀਆਂ ਨਾ ਪਿੰਡ ਦੀਆਂ ਤਾਂ ਦੋ ਬਣਾ ਲਈਆਂ ਜਿੱਦਾਂ ਉਹਨਾਂ ਦਾ ਸ਼ੋਅ ਵਾਈ ਰੱਖਦੇ ਕਰ, ਜਾਂ ਟਾਈਆਂ ਭੈਣ ਸਾਫ਼ ਕਰਨ, ਏਡਾ ਵੱਡਾ ਟੂਰਨਾਮੈਂਟ ਕਰਾ ਕੇ ਹੇਰਾਫੇਰੀ ਕਰਨ ਦਾ ਕੀ ਫਾਇਦਾ ਵਾ? ਬਾਕੀ ਮੇਰੇ ਵੀਰੋ ਆਹ ਚੀਜ਼ ਖਿਡਾਰੀਆਂ ਵੱਲੋਂ ਬੋਲੀ ਗਈ ਆ, ਜਿੱਦਾਂ ਬੋਲੇ ਆ ਨਾ ਕਾਫੀ ਨਾਰਾਜ਼ ਲੱਗਦੇ ਆ ਯਾਰ, ਜਦੋਂ ਬੰਦੇ ਦਾ ਹੱਕ ਮਾਰਦਾ ਜਾਂ ਜਦੋਂ ਕੋਈ ਗਲਤ ਲੱਗਦੀ ਹੈ ਨਾ ਚੀਜ਼, ਫਿਰ ਹੀ ਖਿਡਾਰੀ ਬੋਲਦਾ, ਫਿਰ ਹੀ ਲਾਈਵ ਆਉਂਦਾ ਮੇਰੇ ਵੀਰੋ। ਆਪਾਂ ਨੂੰ ਕੋਈ ਪਤਾ ਨਹੀਂ ਕੌਣ ਸਹੀ ਹੈ ਗਲਤ, ਤਾਂ ਕਰਕੇ ਆਪਾਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ। ਅਸੀਂ ਮਿਲਦੇ ਹਾਂ ਨਵੀਂ ਵੀਡੀਓ ਦੇ ਵਿੱਚ। ਇਹ ਰਿਜ਼ਲਟ ਅਤੇ ਆ ਬਾਈਆਂ ਦੀ ਵੀ ਵੀਡੀਓ ਐਡ ਕਰਨੀ ਸੀ, ਕਿਉਂਕਿ ਇਹਨਾਂ ਦਾ ਵੀ ਯਾਰ ਆਪਣਾ ਕੀ ਜਾਂਦਾ ਜੇ ਖਿਡਾਰੀ ਬੋਲੇ ਨਾ ਲਾਈਵ ਹੋ ਕੇ, ਦਰਸ਼ਕਾਂ ਨੂੰ ਦੱਸਣਾ ਹੀ ਚਾਹੁੰਦੇ ਆ ਕੁਛ। ਅਸੀਂ ਮਿਲਦੇ ਹਾਂ ਨਵੀਂ ਵੀਡੀਓ ਦੇ ਵਿੱਚ, ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਵੀਡੀਓ ਨੂੰ, ਧੰਨਵਾਦ।